ਅਜੀਤ ਵੈਬ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਲੋੜੀ ਦੀ ਬਹੁਤ-ਬਹੁਤ ਵਧਾਈ ਤੇ ਇਸ ਦੇ ਨਾਲ ਹੀ ਅਸੀਂ ਸ਼ੁਰੂ ਕਰਦੇ ਹਾਂ ਖਬਰਾਂ ਦੇ ਆਰਪਾਰ ਪ੍ਰੋਗਰਾਮ ਦਾ سلسلہ ਖਬਰਾਂ ਤੇ ਚਰਚਾ ਵਾਸਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਨੇ ਸ਼੍ਰੀ ਸਤਨਾਮ ਸਿੰਘ ਮਾਨੇਕ ਜਿਹੜੇ ਸੀਨੀਅਰ ਪੱਤਰਕਾਰ ਨੇ ਤੇ ਰਜਾਨਾ ਅਜੀਤ ਦੇ ਕਾਰਜਕਾਰੀ ਸੰਪਾਦਕ ਨੇ ਤਾਂ ਸਭ ਤੋਂ ਪਹਿਲਾਂ ਖਬਰ ਜਿਹੜੀ ਅਸੀਂ ਲੈ ਰਹੇ ਹਾਂ ਉਹ ਦਿੱਲੀ ਵਿਧਾਨ ਸਭਾ ਚੋਣਾਂ ਦੀ ਕੋਸ਼ਿਸ਼ ਨਾ ਹੋਈ ਹੈ 7 ਫਰਵਰੀ ਨੂੰ ਚੋਣਾਂ ਹੋਣ ਗਿਆ ਨਤੀਜੇ 10 ਫਰਵਰੀ ਨੂੰ ਸਾਹਮਣੇ ਆ ਜਾਣ ਗਿਆ ਔਰ ਇਹਦੇ ਨਾਲ ਹੀ ਚੋਣ ਜਾਬਤਾ ਲਾਗੂ ਹੋ ਗਿਆ ਮਾਨਕ ਜੀ ਕੀ ਕਰਨਾ ਚਾਹੂਗੇ ਅਪਰੋਚ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪੰਜਾਬੀਆਂ ਨੂੰ ਦੇਸ਼ ਦੇ ਵਿੱਚ ਜਿਹੜੇ ਵਸਦੇ ਆ ਦੇਸ਼ ਵਾਸੀਆਂ ਨੂੰ ਲੋਹੜੀ ਤਿਉਹਾਰ ਤੇ ਸ਼ੁਭ ਕਾਮਨਾਵਾਂ ਭੇਟ ਕਰਨੀਆਂ ਚਾਹਣਾ ਇਸ ਤੋਂ ਬਾਅਦ ਆਉਂਦੀ ਗੱਲ ਹੈ ਦਿੱਲੀ ਦੀਆਂ ਚੋਣਾਂ ਦੇ ਐਲਾਨ ਦੀ ਇਹਦੇ ਨਾਲ ਲਾਜ਼ਮੀ ਤੌਰ ਤੇ ਪਿਛਲੇ ਕਾਫੀ ਸਮੇਂ ਤੋਂ ਇਹ ਬਣੀ ਹੋਈ ਸੀ ਅਨਿਸ਼ਚਿਤਤਾ ਕਿ ਦਿੱਲੀ ਵਿੱਚ ਕਦੋਂ ਚੋਣਾਂ ਹੋਣਗੀਆਂ ਕਦੋਂ ਨਹੀਂ ਹੋਣਗੀਆਂ ਤੇ ਰਾਜਨੀਤਿਕ ਪਾਰਟੀਆਂ ਨੇ ਤਾਂ ਗੈਰ ਰਸਮੀ ਤੌਰ ਤੇ ਚੋਣ ਮਹੀਨਾ ਇੱਕ ਤਰ੍ਹਾਂ ਦਾ ਸ਼ੁਰੂ ਕਰ ਦਿੱਤੀ ਸੀਗੀ ਉਹਦੇ ਚ ਆਮ ਆਦਮੀ ਪਾਰਟੀ ਪਹਿਲਾਂ ਤੋਂ ਲੱਗੀ ਹੋਈ ਸੀ ਉਹ ਤੋਂ ਬਾਅਦ ਭਾਜਪਾ ਨੇ ਵੀ ਇਹ ਪਿਛਲੇ ਦਿਨੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀਗਵਾਈ ਚ ਰੈਲੀ ਕੀਤੀ ਸੀ ਕਾਂਗਰਸ ਨੇ ਵੀ ਆਪਣਾ ਪ੍ਰਚਾਰ ਜਿਹੜਾ ਉਹ ਤੇਜ਼ ਕਰ ਦਿੱਤਾ ਤੇ ਹੁਣ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਕਰਨ ਨਾਲ ਇਹ ਜਿਹੜਾ ਚੋਣ ਦੰਗਲ ਹੈ ਪੂਰੀ ਤਰ੍ਹਾਂ ਭੱਗ ਗਿਆ ਤੇ ਉੱਥੇ ਪ੍ਰੈਸ ਸਾਹਿਬ ਜੋ ਹੁਣ ਤੱਕ ਖਬਰਾਂ ਆ ਰਹੀਆਂ ਉਹ ਇਹੀ ਹੈ ਕਿ ਉੱਥੇ ਮੁੱਖ ਟੱਕਰ ਜਿਹੜੀ ਹੈ ਉਹ ਭਜਪਾ ਤੇ ਆਮ ਆਦਮੀ ਪਾਰਟੀ ਦੇ ਦਰਮਿਆਨ ਆ ਪਿਛਲੇ ਸਮੇਂ ਚ ਉਥੇ ਆਮ ਆਦਮੀ ਪਾਰਟੀ ਦੀ ਕਾਂਗਰਸ ਦੇ ਸਹਿਯੋਗ ਨਾਲ ਸਰਕਾਰ ਬਣੀ ਸੀ ਕਿਉਂਕਿ ਉਹ ਸਰਕਾਰ ਜਿਹੜੀ ਆ ਲੋਕਪਾਲ ਬਿੱਲ ਜਿਹੜਾ ਉਹ ਵਿਧਾਨ ਸਭਾ ਚ ਪੇਸ਼ ਨਹੀਂ ਕਰ ਸਕੀ ਸੀ ਇਸ ਕਰਕੇ ਉਹਨੇ ਅਸਤੀਫਾ ਦਿੱਤਾ ਸੀ ਮੁੱਖ ਮੰਤਰੀ ਦੇ ਤੌਰ ਤੇ ਸ਼੍ਰੀ ਕੇਜਰੀਵਾਲ ਨੇ ਉਹਦੇ ਕਰਕੇ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਤਕਾ ਲੱਗਾ ਸੀ ਲੋਕ ਨਰਾਜ਼ ਹੋ ਗਏ ਸੀ ਕਿ ਜਿਹੜਾ ਉਸ ਵਿੱਚ ਹੀ ਸਰਕਾਰ ਛੱਡ ਕੇ ਚੱਲ ਗਿਆ ਉਹ ਲੋਕਾਂ ਨੇ ਉਹਨਾਂ ਨੂੰ ਰਾਜ ਕਰਨ ਲਈ ਫਤਵਾ ਦਿੱਤਾ ਸੀ ਉਹਨਾਂ ਨੇ ਜਨਤਕ ਤੌਰ ਤੇ ਬਾਰ ਬਾਰ ਉਹਨਾਂ ਨੇ ਗਲਤੀ ਸਵੀਕਾਰ ਕੀਤੀ ਹੈ ਤੇ ਉਹਦੇ ਕਰਕੇ ਵੀ ਤੇ ਦੂਜੀ ਗੱਲ ਇਹ ਆ ਕਿ ਕੇਂਦਰ ਵਿੱਚ ਸਤਾਤਰੀ ਹੋਣ ਤੋਂ ਬਾਅਦ ਭਾਜਪਾ ਤੇ ਸੰਗ ਨਾਲ ਸੰਬੰਧਿਤ ਜਿਹੜੇ ਹਿੰਦੂਤਵੀ ਸੰਗਠਨ ਆ ਉਹਨਾਂ ਨੇ ਜਿਸ ਤਰ੍ਹਾਂ ਦੀ ਦੇਸ਼ ਵਿੱਚ ਬਿਆਨਬਾਜ਼ੀ ਕੀਤੀ ਆ ਦਿੱਲੀ ਦੇ ਵਿੱਚ ਬਿਆਨਬਾਜ਼ੀ ਕੀਤੀ ਆ ਉਹਦੇ ਨਾਲ ਘੱਟ ਗਿਣਤੀਆਂ ਚਾਹੇ ਉਹ ਇਸਾਈ ਆ ਚਾਹੇ ਮੁਸਲਮਾਨ ਆ ਚਾਹੇ ਸਿੱਖ ਆ ਉਹਨਾਂ 'ਚ ਅਸਰਖਿਆਤਾ ਦੀ ਪਾਪਨਾ ਪੈਦਾ ਹੋਈ ਆ ਉਹਦੇ ਕਰਕੇ ਵੀ ਲੋਕ ਘਟਗਣਤੀਆਂ ਨਾਲ ਸੰਬੰਧਿਤ ਲੋਕਾਂ ਦਾ ਇੱਕ ਵੱਡਾ ਹਿੱਸਾ ਮੁੜ ਕੇ ਫਿਰ ਆਮ ਆਦਮੀ ਪਾਰਟੀ ਵੱਲ ਝੁਕਦਾ ਨਜ਼ਰ ਆ ਰਿਹਾ ਹੈਗਾ ਤੇ ਇਹ ਇਹਨਾਂ ਸਾਰੀਆਂ ਗੱਲਾਂ ਕਰਕੇ ਕਿਹਾ ਤਾਂ ਇਹ ਜਾ ਰਿਹਾ ਸੀ ਭਾਜਪਾ ਵੀ ਬੜੇ ਦਾਅਵੇ ਕਰ ਰਹੀ ਸੀ ਕਾਂਗਰਸ ਵੀ ਦਾਅਵੇ ਕਰ ਰਹੀ ਸੀ ਕਿ ਆਮ ਆਦਮੀ ਪਾਰਟੀ ਦਾ ਹੁਣ ਭੋਗ ਪੈ ਗਿਆ ਆਮ ਆਦਮੀ ਪਾਰਟੀ ਕੋਈ ਤਾਕਤ ਦਿੱਲੀ ਚ ਨਹੀਂ ਰਹੀ ਪਰ ਜੋ ਰਿਪੋਰਟਾਂ ਆ ਰਹੀਆਂ ਉਹ ਤਾਂ ਲੱਗਦਾ ਕਿ ਉੱਥੇ ਮੁੱਖ ਮੁਕਾਬਲਾ ਅੱਜ ਵੀ ਭਾਜਪਾ ਤੇ ਆਮ ਆਦਮੀ ਪਾਰਟੀ ਵਿਚਕਾਰ ਐ ਬਾਕੀ ਆਉਣ ਵਾਲੇ ਦਿਨਾਂ ਚ ਇਹ ਚੋਣਵੇਂ ਮ ਹੋਰ ਭਖੇਗੀ ਬਹੁਤ ਸਾਰੀਆਂ ਹੋਰ ਇਹ ਚੋਣਾਂ ਨਾਲ ਸੰਬੰਧਿਤ ਸਰਗਰਮੀਆਂ ਹੋਣਗੀਆਂ ਬਿਆਨਬਾਜ਼ੀ ਤੇ ਵਿਰੋਧੀ ਬਿਆਨਬਾਜ਼ੀ ਹੋਏਗੀ ਤੇ ਫਿਰ ਉਹਦੇ ਚ ਪਤਾ ਲੱਗੇਗਾ ਕਿ ਗੱਲ ਕਿੱਧਰ ਨੂੰ ਤੁਰਦੀ ਹੈ ਫਿਲਹਾਲ ਜਿਹੜਾ ਉਹ ਇਹ ਜੋ ਪ੍ਰਚਾਰ ਆ ਜੋ ਰਿਪੋਰਟਾਂ ਆ ਉਹ ਦੱਸਦੀਆਂ ਕਿ ਆਮ ਆਦਮੀ ਪਾਰਟੀ ਦਾ ਹੱਥ ਥੋੜਾ ਉੱਤੇ ਨਜ਼ਰ ਆ ਰਿਹਾ ਵੀ ਤੋਂ ਇਸ ਦਾ ਸਿੱਧਾ ਪ੍ਰਭਾਵ ਜਿਹੜਾ ਪੰਜਾਬ ਤੇ ਦੇਖਣ ਨੂੰ ਮਿਲ ਰਿਹਾ 22 ਜਨਵਰੀ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਅਮ੍ਰਿਤਸਰ ਦੌਰਾ ਸੀਗਾ ਉਸ ਦੌਰੇ ਨੂੰ ਮਲਤਵੀ ਕਰ ਦਿੱਤਾ ਗਿਆ ਲੇਕਿਨ ਮਾਰਕੀ ਨਾਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕਿਹਾ ਜੀ ਇਹ ਦੌਲਾ ਦਿੱਲੀ ਚੋਣਾ ਕਰਕੇ ਮਲਤਵੀ ਨਹੀਂ ਹੋਇਆ ਇਹ ਤਾਂ ਮੈਂ ਉਥੇ ਲਲਕਾਰ ਰੈਲੀ ਰੱਖੀ ਸੀਗੀ ਉਹਦੇ ਤੋਂ ਡਰਦਿਆਂ ਇਹ ਮਲਤਵੀ ਕੀਤਾ ਗਿਆ ਪਰ ਸਾਹਿਬ ਇਹ ਲੀਡਰਾਂ ਨੇ ਆਪਣੇ ਜਿਹੜੇ ਆ ਨਾ ਬਿਆਨਬਾਜ਼ੀ ਕਰਕੇ ਕੁਝ ਨਾ ਕੁਝ ਰਾਜਨੀਤਿਕ ਲਾਭ ਲੈਣਾ ਕੁਝ ਆਪਣੇ ਮੈਂਬਰਾਂ ਦਾ ਆਪਣੇ ਸਮਰਥਕਾਂ ਦਾ ਕੇਡਰ ਦਾ ਮਨੋਵਲ ਉੱਚਾ ਕਰਨਾ ਇਸ ਸੰਦਰਭ ਚ ਹੀ ਕੈਪਟਨ ਰਮਿੰਦਰ ਸਿੰਘ ਦੇ ਇਸ ਬਿਆਨ ਨੂੰ ਦੇਖਿਆ ਜਾ ਸਕਦਾ ਪਰ ਜਿਹੜਾ ਭਾਜਪਾ ਦੀ ਰੈਲੀ ਜਿਹੜੀ ਮਲਤਵੀ ਹੋਈ ਹੈ ਅਮਰitsar ਦੀ ਉਹਦਾ ਮੁੱਖ ਕਾਰਨ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋਣਾ ਹੀ ਹੈ ਕਿਉਂਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਲਈ ਬਹੁਤ ਮਹੱਤਵ ਰੱਖਦੀਆਂ ਕੇਂਦਰ ਸਰਕਾਰ ਉੱਥੇ ਬੈਠਦੀ ਹੈ ਕੇਂਦਰ ਸਰਕਾਰ ਦਾ ਉਹ ਗੜ ਹੈ ਉਹ ਉਹਦੇ ਉਸ ਗੜ ਦੇ ਥੱਲੇ ਹੀ ਜੇ ਆਮ ਆਦਮੀ ਪਾਰਟੀ ਸਰਕਾਰ ਬਣਾ ਜਾਂਦੀ ਹੈ ਜਾਂ ਭਾਜਪਾ ਨੂੰ ਮੁੜ ਕੇ ਫਿਰ ਜਿਹੜਾ ਉਹ ਬਹੁਤ ਮਤ ਹਾਸਲ ਨਹੀਂ ਹੁੰਦਾ ਤੇ ਉਹਦੀ ਸਥਿਤੀ ਕਾਫੀ ਕਮਜ਼ੋਰ ਹੋ ਸਕਦੀ ਹੈ ਇਸ ਕਰਕੇ ਭਾਜਪਾ ਜਿਹੜੀ ਉੱਥੇ ਪੂਰਾ ਧਿਆਨ ਦੇਣਾ ਚਾਹੁੰਦੀ ਹੈ ਪੂਰਾ ਜੋਰ ਲਾਉਣਾ ਚਾਹੁੰਦੀ ਹੈ ਪਰ ਜਿਸ ਤਰ੍ਹਾਂ ਦੋ ਵਾਰੀ ਅੰਮ੍ਰਿਤਸਰ ਚ ਭਾਜਪਾ ਦੀ ਰੈਲੀ ਮੁਲਤਵੀ ਹੋਈ ਹੈ ਪਹਿਲਾਂ 12 ਜਨਵਰੀ ਨੂੰ ਹੋਣੀ ਸੀ ਉਹ ਰੈਲੀ ਮੁਲਤਵੀ ਹੋ ਗਈ ਉਹ ਤੋਂ ਬਾਅਦ ਫਿਰ 22 ਜਨਵਰੀ ਦਾ ਐਲਾਨ ਕੀਤਾ ਗਿਆ ਉਹ ਰੈਲੀ ਮੁਲਤਵੀ ਹੋ ਗਈ ਇਹਦੇ ਨਾਲ ਜਿਹੜਾ ਲਾਜ਼ਮੀ ਤੌਰ ਤੇ ਪੰਜਾਬ ਚ ਜਿਹੜਾ ਭਾਜਪਾ ਦੇ ਮੈਂਬਰ ਆ ਜਾਂ ਭਾਜਪਾ ਦਾ ਕੇਡਰ ਆ ਜਾਂ ਭਾਜਪਾ ਦੇ ਆਗੂ ਆ ਉਹਨਾਂ ਨੂੰ ਥੋੜੀ ਨਿਰਾਸ਼ਾ ਹੋਈ ਹੈ ਤੇ ਇਹਦੇ ਨਾਲ ਕੈਪਟਨ ਰਮਿੰਦਰ ਸਿੰਘ ਨੂੰ ਵੀ ਮੌਕਾ ਮਿਲਿਆ ਕਿ ਉਹ ਬਿਆਨ ਦੇ ਕੇ ਜਿਹੜਾ ਭਾਜਪਾ ਦੇ ਅੰਦਰ ਇਹ ਨਿਰਾਸ਼ਾ ਪੈਦਾ ਹੋਈ ਹੈ ਉਹ ਉਹਨੂੰ ਉਹਦੇ ਪ੍ਰਭਾਵ ਨੂੰ ਹੋਰ ਵਧਾਵੇ ਤੇ ਸਿਆਸੀ ਲਾਭ ਲੈਣ ਦਾ ਯਤਨ ਕਰੇ ਜਿਹੜਾ ਕਿ ਉਹਨਾਂ ਉਸਨੇ ਕੀਤਾ ਹੈ। ਤੋਂ ਇਸ ਮੌਕੇ ਤੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਬਾ ਵਿਚਾਲੇ ਵੀ ਖਿੱਚੋਤਾਣ ਵਧ ਗਈ ਹੈ। ਉਸ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ? ਪ੍ਰਧਾਨ ਸਾਹਿਬ ਕਾਂਗਰਸ ਪੰਜਾਬ ਦੀ ਜਿਹੜੀ ਨਾ ਪਿਛਲੇ ਲੰਮੇ ਸਮੇਂ ਤੋਂ ਉਹਦੇ ਚ ਫਟਿਆ ਲੀਡਰ ਖੁੱਲੇ ਆਮ ਇੱਕ ਦੂਜੇ ਦਾ ਵਿਰੋਧ ਕਰਦੇ ਆ ਇੱਕ ਦੂਜੇ ਦੇ ਖਿਲਾਫ ਬਿਆਨ ਦਿੰਦੇ ਆ। ਪਰ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਹੈ ਦਿੱਲੀ 'ਚ ਬੈਠੀ ਹੈ ਉਹ ਇੱਥੇ ਪੰਜਾਬ ਚ ਅਨਸਾਸ਼ਨ ਕਾਇਮ ਕਰਨ ਚ ਬੁਰੀ ਤਰ੍ਹਾਂ ਫੇਲ ਹੋਈ ਹੈ ਇਸੇ ਕਰਕੇ ਪੰਜਾਬ ਚ ਕਾਂਗਰਸ ਜਿਹੜੀ ਹੈ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ ਹੁਣ ਫਿਰ ਜਿਹੜੀ ਕੈਪਟਨ ਅਮਿੰਦਰ ਸਿੰਘ ਨੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਸਦਾ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਬਿਆਨਬਾਜ਼ੀ ਤਿੱਖੀ ਕਰਤੀ ਹੈ ਤੇ ਸੋਨੀਆ ਗਾਂਧੀ ਨੂੰ ਮਿਲ ਕੇ ਸਪਸ਼ਟ ਤੌਰ ਤੇ ਕਹਿਤਾ ਕਿ ਜੇ 2017 ਦੀਆਂ ਪੰਜਾਬ વિધાનસભા ਦੀਆਂ ਚੋਣਾਂ ਜਿੱਤਣੀਆਂ ਤਾਂ ਉਹ ਬਾਜਵਾ ਨੂੰ ਹਟਾਇਆ ਜਾਣਾ ਚਾਹੀਦਾ ਉਹਦੀ ਅਗਵਾਈ ਚ ਪੰਜਾਬ ਚ ਕਾਂਗਰਸ ਇਹ ਚੋਣਾ ਨਹੀਂ ਜਿੱਤ ਸਕਦੀ ਇਸ ਸੰਦਰਭ ਵਿੱਚ ਵੀ ਜਿਹੜੀ ਹਾਈ ਕਮਾਂਡ ਹੈ ਕਾਂਗਰਸ ਦੀ ਉਹਦੇ ਮੇਲੇ-ਜੋਲੇ ਸੰਕੇਤ ਮਿਲ ਰਹੇ ਆ ਹਾਈ ਕਮਾਂਡ ਦੇ ਅੰਦਰ ਇੱਕ ਹਿੱਸਾ ਕੈਪਟਨ ਅਮਿੰਦਰ ਸਿੰਘ ਨੂੰ ਮੁੜ ਕੇ ਕਾਂਗਰਸ ਦਾ ਪ੍ਰਧਾਨ ਬਣਾਉਣਾ ਚਾਹੁੰਦਾ ਤੇ ਉਹਦੀ ਅਗਵਾਈ ਚ ਚੋਣਾਂ ਲੜਨਾ ਚਾਹੁੰਦਾ ਜੋ ਸੰਕੇਤ ਮਿਲ ਰਿਹਾ ਤੇ ਦੂਜਾ ਹਿੱਸਾ ਜਿਹੜਾ ਹਾਈ ਕਮਾਂਡ ਦਾ ਉਹ ਕੈਪਟਨ ਅਮਿੰਦਰ ਸਿੰਘ ਨੂੰ ਹੋਰ ਮੌਕਾ ਨਹੀਂ ਦੇਣਾ ਚਾਹੁੰਦਾ ਅਜੇ ਤੱਕ ਕੌਮੀ ਹਾਈ ਕਮਾਂਡ ਕਾਂਗਰਸ ਦੀ ਇਸ ਮਾਮਲੇ ਬਾਰੇ ਭੰਬਲਪੂਸੇ ਚ ਹੈ ਤੇ ਇਹ ਭੰਬਲਪੂਸਾ ਕੌਮੀ ਪੱਧਰ ਤੇ ਬਣਿਆ ਹੋਣ ਕਰਕੇ ਪੰਜਾਬ ਚ ਵੀ ਇਹ ਭੰਬਲਪੂਸਾ ਜਾਰੀ ਹੈ ਜੇਕਰ ਇਸ ਸਬੰਧ ਚ ਕੋਈ ਸਪਸ਼ਟ ਜਿਹੜੀ ਰੋਖਜ ਆ ਪਹੁੰਚ ਕਾਂਗਰਸ ਹਾਈ ਕਮਾਂਡ ਨਹੀਂ ਇਖਤਿਆਰ ਕਰਦੀ ਤੇ ਪੰਜਾਬ ਚ ਕਾਂਗਰਸ ਹੋਰ ਕਮਜ਼ੋਰ ਹੋ ਸਕਦੀ ਹੈ ਇਹ ਬੜੀ ਹੈਰਾਨੀਜਨਕ ਗੱਲ ਹੋਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਨਿਵਾਸ ਸਥਾਨ ਪਟਿਆਲਾ ਚ ਮੋਤੀ ਮਹਿਲ ਚ ਆਪਣੀ ਸਮਰਥਕਾਂ ਜਿਹੜੇ ਵਿਧਾਇਕ ਹੈ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਤੇ 22 ਜਨਵਰੀ ਨੂੰ ਇਥੇ ਰੈਲੀ ਕਰਨ ਦਾ ਐਲਾਨ ਕਰਤਾ ਦੇ ਅਮਰਸਰ ਦੇ ਵਿੱਚ ਤੇ ਉਹ ਕਾਂਗਰਸ ਹਾਈ ਕਮਾਂਡ ਦੀ ਪ੍ਰਵਾਨਗੀ ਲਈ ਆ ਜਾਂ ਨਹੀਂ ਲਈ ਤੇ ਅਜੇ ਤੱਕ ਕਾਂਗਰਸ ਹਾਈ ਕਮਾਂਡ ਦਾ ਇਸ ਸੰਬੰਧੀ ਕੋਈ ਪ੍ਰਤੀਕਰਮ ਵੀ ਨਹੀਂ ਸਮਨੇ ਪ੍ਰਤਾਪ ਸਿੰਘ ਬਾਜਵਾ ਨੇ ਇੰਨਾ ਜ਼ਰੂਰ ਕਿਹਾ ਜੇ ਜਿਹੜੀ 22 ਜਨਵਰੀ ਨੂੰ ਅੰਮ੍ਰਿਤਸਰ 'ਚ ਰੈਲੀ ਹੋਏਗੀ ਉਹ ਪੰਜਾਬ ਕਾਂਗਰਸ ਦੀ ਅਗਵਾਈ 'ਚ ਹੀ ਹੋਏਗੀ ਸੋ ਉਹਨਾਂ ਨੇ ਤਾਂ ਇੱਕ ਤਰ੍ਹਾਂ ਦਾ ਪਰਦਾ ਪਾਉਣ ਦਾ ਯਤਨ ਕੀਤਾ ਜਿਹੜਾ ਕੈਪਟਨ ਰਮਿੰਦਰ ਸਿੰਘ ਨੇ ਰੈਲੀ एलानੀਆ ਉਹ ਉਹਨੂੰ ਪੰਜਾਬ ਕਾਂਗਰਸ ਦੀ ਰੈਲੀ ਬਣਾਉਣ ਦਾ ਯਤਨ ਕੀਤਾ ਪਰ ਕਾਂਗਰਸ ਹਾਈ ਕਮਾਂਡ ਨੇ ਅਜੇ ਤੱਕ ਇਹਦੇ ਬਾਰੇ ਕੋਈ ਸਪਸ਼ਟ ਗੱਲ ਨਹੀਂ ਕੀਤੀ ਇਹਦੇ ਕਰਕੇ ਵੀ ਜਿਹੜਾ ਕਾਂਗਰਸ ਦੇ ਸਮਰਥਕ ਹੈ ਕਾਂਗਰਸ ਦੇ ਲੀਡਰ ਹੈ ਕਾਂਗਰਸ ਦੇ ਮੈਂਬਰ ਹੈ ਉਹਨਾਂ ਦੇ ਵਿੱਚ ਦਵੇਦਾ ਚੱਲੀ ਆ ਰਹੀ ਹੈ ਇਹਦੇ ਕਰਕੇ ਪਰਵਾਸੀ ਭਾਰਤੀਆਂ ਨਾਲ ਸੰਬੰਧਤ ਇੱਕ ਮਹੱਤਵਪੂਰਨ ਖਬਰ ਅੱਜ ਸੁਰਖੀਆਂ ਦੇ ਵਿੱਚ ਹੈਗੀ ਹੈ ਸੁਪਰੀਮ ਕੋਰਟ ਵੱਲੋਂ ਆਦੇਸ਼ ਜਾਰੀ ਕੀਤੇ ਗਏ ਨੇ ਕਿ ਪ੍ਰਵਾਸੀ ਭਾਰਤੀਆਂ ਨੂੰ ਈ-ਵੋਟਿੰਗ ਦਾ ਅਧਿਕਾਰ ਦਿੱਤਾ ਜਾਵੇ ਕੇਂਦਰ ਸਰਕਾਰ ਨੂੰ ਹਦਾਇਤ ਜਾਰੀ ਕੀਤੀ ਹੈ ਕਿ 8 ਹਫ਼ਤਿਆਂ ਦੇ ਅੰਦਰ-ਅੰਦਰ ਇਸ ਨੂੰ ਅਮਲ ਵਿੱਚ ਲਿਆਂਦਾ ਜਾਵੇ ਤੇ ਨਾਲ ਹੀ ਮਹੱਤਵਪੂਰਨ ਖਬਰ ਇਹ ਵੀ ਆ ਗਈ ਕਿ ਕੇਂਦਰ ਸਰਕਾਰ ਨੇ ਐਲਾਨ ਕੀਤਾ ਕਿ ਵਿਦੇਸ਼ਾਂ 'ਚ ਰਹਿੰਦੇ ਜਿਹੜੇ ਪਾਸਪੋਰਟ ਤਾਰਿਕ ਨੇ ਉਹਨਾਂ ਨੂੰ ਈ-ਵੋਟਿੰਗ ਦੀ ਆਗਿਆ ਕਹਿੰਦੇ ਅਸੀਂ ਦੇਤੀ ਹੈਗੀ ਪ੍ਰਵਾਸੀ ਪ੍ਰਵਾਸੀ ਭਾਰਤੀ ਹੈ ਜਿਹੜੇ ਜੀ ਉਹਨਾਂ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਦੁਨੀਆ ਦੇ ਬਹੁਤ ਸਾਰੇ ਜਮਹੂਰੀ ਦੇਸ਼ ਹੈ ਉਹਨਾਂ ਨੇ ਆਪਣੇ ਜਿਹੜੇ ਲੋਕ ਆ ਵਿਦੇਸ਼ਾਂ 'ਚ ਵੱਸਦੇ ਆ ਜਿਨ੍ਹਾਂ ਨੂੰ ਪ੍ਰਵਾਸੀ ਕਿਹਾ ਜਾਂਦਾ ਹੈ ਉਹਨਾਂ ਨੂੰ ਇਹ ਅਧਿਕਾਰ ਦਿੱਤਾਇਆ ਕਿ ਉਹ ਆਪਣੇ ਦੇਸ਼ ਵਿੱਚ ਰਹਿ ਕੇ ਜਿਹੜੇ ਈ-ਵੋਟਿੰਗ ਰਾਹੀਂ ਵੋਟਾਂ ਪਾ ਸਕਦੇ ਆ ਜਾਂ ਉਹਨਾਂ ਦੇਸ਼ਾਂ ਦੇ ਸਫਾਰਤਖਾਨੇ ਆ ਜਿਹੜੇ ਵਿਦੇਸ਼ਾਂ 'ਚ ਉਹਨਾਂ 'ਚ ਜਾ ਕੇ ਉੱਥੇ ਆਪਣੇ ਵੋਟ ਦੀ ਵਰਤੋਂ ਕਰ ਸਕਦੇ ਆ ਇਹ ਭਾਰਤ 'ਚ ਇਹ ਮੰਗ ਕਾਫੀ ਦੇਰ ਤੋਂ ਭਾਰਤੀ ਪ੍ਰਵਾਸੀਆਂ ਵੱਲੋਂ ਕੀਤੀ ਜਾ ਰਹੀ ਸੀ ਔਰ ਕੇਂਦਰ ਸਰਕਾਰ ਨੇ ਇਹ ਜਿਹੜਾ ਇੱਕ ਚੰਗਾ ਫੈਸਲਾ ਕੀਤਾ ਇਹ ਫੈਸਲਾ ਹੋਇਆ ਜਿਹੜਾ ਚੋਣ ਕਮਿਸ਼ਨ ਨੇ ਜੇ ਇੱਕ ਕਮੇਟੀ ਬਣਾਈ ਸੀ 12 ਮੈਂਬਰੀ ਉਸ ਕਮੇਟੀ ਨੇ ਰਿਪੋਰਟ ਦਿੱਤੀ ਸੀਗੀ ਉਹਦੇ ਆਧਾਰ ਤੇ ਜਿਹੜਾ ਹੁਣ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈਗਾ ਕੇਂਦਰ ਸਰਕਾਰ ਨੂੰ ਕਿ ਇਹਦੇ ਬਾਰੇ ਆਪਣਾ ਪੱਖ ਸਪਸ਼ਟ ਕਰੋ ਤੇ ਕੇਂਦਰ ਸਰਕਾਰ ਨੇ ਇਹ ਇਹ ਕਹਿ ਦਿੱਤਾ ਕਿ ਉਹਨਾਂ ਨੂੰ ਜੇਕਰ ਵਿਦੇਸ਼ਾਂ 'ਚ ਵੱਸਦੇ ਜਿਹੜੇ ਪ੍ਰਵਾਸੀ ਭਾਰਤੀ ਆ ਉਹਨਾਂ ਨੂੰ ਈ-ਵੋਟਿੰਗ ਦਾ ਅਧਿਕਾਰ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਉੱਥੇ ਸਭਾਰਤੀ ਸਭਾਰਤ ਕਰਨੇ ਜਾਂ ਕੇ ਵੋਟ ਪਾਣ ਦਾ ਅਧਿਕਾਰ ਦਿੱਤਾ ਜਾਂਦਾ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੁਣ ਤਾਂ ਇਹ ਰਸਮੀ ਗੱਲ ਰਹਿ ਗਈ ਹੈ ਕਿ ਇਹ ਵਿਵਸਥਾ ਕਦੋਂ ਲਾਗੂ ਹੁੰਦੀ ਹੈ ਇੱਕ ਤਰ੍ਹਾਂ ਨਾਲ ਜਿਹੜਾ ਪ੍ਰਵਾਸੀ ਭਾਰਤੀਆਂ ਨੂੰ ਵੋਟ ਦਾ ਅਧਿਕਾਰ ਜਿਹੜਾ ਉਹ ਮਿਲ ਗਿਆ ਉਹ ਵਿਦੇਸ਼ਾਂ ਚ ਰਹਿੰਦੇ ਹੋਏ ਭਾਰਤੀ ਜਿਹੜਾ ਜਮਹੂਰੀ ਪ੍ਰਬੰਧ ਹੈ ਉਹਦੇ ਵਿੱਚ ਰਾਜਾਂ ਦੀ ਪਦਰਤੇ ਵੀ ਤੇ ਜਿਹੜਾ ਕੌਮੀ ਪਦਰਤੇ ਵੀ ਉਹ ਹਿੱਸਾ ਲੈ ਸਕਦੇ ਜੀ ਤੋਂ ਗੱਲ ਕਰਦੇ ਹਾਂ ਡੇਰਾ ਸਿਰਸਾ ਮੁਖੀ ਦੀ ਫਿਲਮ ਮੈਸेंजर ਆਫ ਗੋਡ ਦੀ ਅੱਜ ਤੋਂ ਕਈ ਦਿਨ ਪਹਿਲਾਂ ਤੋਂ ਇਹ ਫਿਲਮ ਚਰਚਾ ਦੇ ਵਿੱਚ ਹੈਗੀ ਆ ਪਰੰਤੂ ਅੱਜ ਜਿਹੜੀ ਖਬਰ ਆਈ ਹੈ ਕਹਿੰਦੇ ਸੈਂਸਰ ਬੋਰਡ ਨੇ ਉਸ ਨੂੰ ਸਰਟੀਫੀਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਜਨਿਕੇ ਹਾਲ ਦੀ ਕੜੀ ਮਾਨਕ ਜੀ ਇਹ ਫਿਲਮ ਰਿਲੀਜ਼ ਨਹੀਂ ਹੋ ਸਕੇਗੀ ਇਸ ਨੂੰ ਅੱਗੇ ਉਹਨਾਂ ਨੇ ਭੇਜ ਦਿੱਤਾ ਹੈਗਾ ਸਬੰਧਤ ਜਿਹੜਾ ਟ੍ਰਿਬਿਊਨਲ ਹੈਗਾ ਤੋਂ ਮਾਮਲਾ ਲਟਕ ਸਕਦਾ ਹੈ ਪਰੋਸਾ ਇਹ ਫਿਲਮ ਜਦੋਂ ਤੋਂ ਜਿਹੜੀ ਬਣੀ ਆ ਤੇ ਇਹ ਦੇ ਬਣ ਕੇ 16 ਜਨਵਰੀ ਨੂੰ ਲੱਗਣ ਦਾ ਐਲਾਨ ਹੋਇਆ ਉਸ ਸਮੇਂ ਤੋਂ ਹੀ ਪੰਜਾਬ ਦੇ ਵਿੱਚ ਜਿਹੜੀ ਹੈ ਤਣਾਅ ਪਾਇਆ ਜਾ ਰਿਹਾ ਜਿਹੜੇ ਡੇਰਾ ਪ੍ਰੇਮੀ ਆ ਉਹ ਇਹਦਾ ਸਮਰਥਨ ਕਰ ਰਿਹਾ ਕਿ ਫਿਲਮ ਰਿਲੀਜ਼ ਹੋਵੇ ਤੇ ਬਹੁਤ ਸਾਰੀਆਂ ਸਿੱਖ ਜੰਦੇ ਬੰਦੀਆਂ ਇਹਦਾ ਵਿਰੋਧ ਕਰ ਰਹੀਆਂ ਕਿ ਇਹ ਫਿਲਮ ਰਿਲੀਜ਼ ਨਾ ਹੋਵੇ ਕਿਉਂਕਿ ਡੇਰਾ ਮੁਖੀ ਜਿਹੜਾ ਉਹ ਇੱਕ ਬਿਵਾਦਤ ਸ਼ਖਸੀਅਤ ਹੈ ਉਹਦੇ ਤੇ ਕਈ ਬਲਾਤਕਾਰ ਦੇ ਕੇਸ ਚੱਲਦੇ ਆ ਕਈ ਲੋਕਾਂ ਨੂੰ ਨਪੁੰਸਕ ਬਣਾਉਣ ਦੀ ਉਹਦੇ ਖਿਲਾਫ ਜਾਂਚ ਚੱਲ ਰਹੀ ਆ ਦੇ ਕਈ ਤਰ੍ਹਾਂ ਦੇ ਮਾਮਲਿਆਂ ਕਰਕੇ ਉਹ ਇੱਕ ਵਿਵਾਦਿਤ ਸ਼ਖਸੀਅਤ ਹੈ ਇਸ ਕਰਕੇ ਉਹਨੇ ਇਸ ਫਿਲਮ ਨੂੰ ਆਪਣੇ ਆਪ ਚ ਜਿਹੜਾ ਪਰਮਾਤਮਾ ਦੇ ਦੂਤ ਵਜੋਂ ਇਹ ਪੇਸ਼ ਕੀਤਾ ਗਿਆ ਔਰ ਸੈਂਸਰ ਬੋਰਡ ਦੇ ਕੁਝ ਅਧਿਕਾਰੀਆਂ ਨੇ ਤਾਂ ਇਹ ਗੱਲ ਕਹੀ ਹੈ ਕਿ ਉਹਦੇ ਇਸ ਫਿਲਮ ਚ ਉਸਨੇ ਆਪਣੇ ਆਪ ਨੂੰ ਰੱਬ ਵਜੋਂ ਪੇਸ਼ ਕੀਤਾ ਗਿਆ ਇਹ ਕਈ ਤਰ੍ਹਾਂ ਦੇ ਜਾਦੂ ਕਰਦੇ ਵੀ ਡੇਰਾ ਮੁਖੀ ਇਹਦੇ ਚ ਨਜ਼ਰ ਆਉਂਦੇ ਆ ਇਹ ਅੰਧਵਿਸ਼ਵਾਸ ਨੂੰ ਵਧਾਉਣ ਵਾਲੀ ਵੀ ਲੱਗਦੀ ਐ ਇਸ ਪੱਖ ਤੋਂ ਸੋ ਇਸ ਤਰ੍ਹਾਂ ਦੇ ਇਤਰਾਜ ਸੈਂਸਰ ਬੋਰਡ ਦੇ ਮੈਂਬਰਾਂ ਨੇ ਖੁਦ ਪ੍ਰਗਟ ਕੀਤੇ ਆ ਤੇ ਉਹਨਾਂ ਨੇ ਇਸ ਫਿਲਮ ਦੇ ਅੰਤਮ ਨਿਮਟਾਰੇ ਲਈ ਇੱਕ ਜਿਹੜੀ ਆ ਉਹ ਟਰਮੀਨਲ ਨੂੰ ਜਿਹੜੀ ਆ ਇਹ ਫਿਲਮ ਸੌਂਪ ਦਿੱਤੀ ਆ ਉਹ ਇਹਦਾ ਵਿਸ਼ਲੇਸ਼ਣ ਕਰੇਗਾ ਉਹ ਤੋਂ ਬਾਅਦ ਜੇ ਕੋਈ ਦ੍ਰਿਸ਼ ਕਟ ਕੇ ਰਿਲੀਜ਼ ਕਰਨੀ ਹੋਈ ਤਾ ਉਹਦੇ ਬਾਰੇ ਉਹ ਟ੍ਰਿਬਿਊਨਲ ਫੈਸਲਾ ਲੈ ਲੇਗਾ ਤੇ ਜੇ ਫਿਲਮ ਉਹ ਸਮਝੇਗਾ ਕਿ ਫਿਲਮ ਰਿਲੀਜ਼ ਨਹੀਂ ਕਰਨੀ ਚਾਹੀਦੀ ਤਾਂ ਫਿਰ ਉਹ ਇਹਦੇ ਬਾਰੇ ਵੀ ਕੋਈ ਫੈਸਲਾ ਲੈ ਸਕਦਾ ਇਹ ਇੱਕ ਚੰਗੀ ਗੱਲ ਹੋਈ ਹੈ ਜੇਕਰ ਇਹ ਫਿਲਮ ਐਸੀ ਤਰ੍ਹਾਂ ਰਿਲੀਜ਼ ਹੋ ਜਾਂਦੀ ਤੇ ਹੋ ਸਕਦਾ ਪੰਜਾਬ ਵਿੱਚ ਤੇ ਪੰਜਾਬ ਦੇ ਜਿਹੜੇ ਹੋਰ ਗਵੰਡੀ ਰਾਜ ਹੈ ਉਹਨਾਂ ਵਿੱਚ ਇਸ ਮਾਮਲੇ ਨੂੰ ਲੈ ਕੇ ਤਣਾਅ ਤੇ ਟਕਰਾ ਜਿਹੜਾ ਲੋਕਾਂ ਦੇ ਵੱਖ-ਵੱਖ ਵਰਗਾਂ 'ਚ ਪੈਦਾ ਹੋ ਸਕਦਾ ਸੀ ਇੱਕ ਪੱਤਰਕਾਰ ਵਜੋਂ ਮੈਂ ਇਹ ਤਚਾਉਣਾ ਕਿ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਵੱਧ ਤੋਂ ਵੱਧ ਆਜ਼ਾਦੀ ਹੋਣੀ ਚਾਹੀਦੀ ਹੈ ਪਰ ਇਹੀ ਆਜ਼ਾਦੀ ਜਿਹੜੀ ਆ ਉਹ ਜ਼ਿੰਮੇਵਾਰੀ ਤੋਂ ਬਿਨਾ ਨਹੀਂ ਹੋ ਸਕਦੀ ਕੋਈ ਚੀਜ਼ ਜਿਹੜੀ ਆ ਉਹ ਸਮਾਜ ਚ ਆਉਂਦੀ ਆ ਬਾਜ਼ਾਰ ਚ ਆਉਂਦੀ ਆ ਉਹਦਾ ਕੀ ਪ੍ਰਭਾਵ ਆ ਇਹ ਵੀ ਦੇਖਣਾ ਬਣਦਾ ਬਿਲਕੁਲ ਠੀਕ ਹੈ ਜੀ ਤੇ ਕੇਂਦਰ ਸਰਕਾਰ ਦੀ ਕਹਿੰਦੇ ਬੜੀ ਦਿਲੀ ਇੱਛਾ ਹੈ ਕਿ ਮੁਲਕ ਦੇ 100 ਸ਼ਹਿਰਾਂ ਨੂੰ ਸਮਾਰਟ ਸ਼ਹਿਰ ਦੇ ਤੌਰ ਤੇ ਵਿਕਸਿਤ ਕੀਤਾ ਜਾਵੇ ਔਰ ਇਹਦੇ ਵਿੱਚ ਅੱਜ ਜਿਹੜੀ ਖਬਰ ਦੇਖਣ ਵਿੱਚ ਆਈ ਹੈ ਕਹਿੰਦੇ ਇਸ ਸੂਚੀ ਦੇ ਵਿੱਚ ਚੰਡੀਗੜ੍ਹ ਪਹਿਲਾ ਸਮਾਰਟ ਸ਼ਹਿਰ ਬਣ ਸਕਦਾ ਹੈ ਤੋ ਐਸਿਕੂ ਕਿ ਪੰਜਾਬ ਸਿੱਧੇ ਤੌਰ ਤੇ ਚੰਡੀਗੜ੍ਹ ਨਾਲ ਜੁੜਿਆ ਹੋਇਆ ਹੈ ਇਸ ਖਬਰ ਨੂੰ ਮਾਨ ਕਿਸ ਤਰ੍ਹਾਂ ਦੇਖਦੇ ਪ੍ਰੋਫੈਸਰ ਸਾਹਿਬ ਇੱਕ ਪੱਤਰਕਾਰ ਵਜੋਂ ਮੈਂ ਮਹਿਸੂਸ ਕਰਦਾ ਕਿ ਚੰਡੀਗੜ੍ਹ ਚ ਪਹਿਲਾਂ ਹੀ ਬੁਨਿਆਦੀ ਢਾਂਚਾ ਕਾਫੀ ਵਿਕਸਤ ਹੈ ਸੜਕਾਂ ਖੁੱਲੀਆਂ ਹਨ ਔਰ ਕਾਫੀ ਵੱਡੀ ਪੱਧਰ ਤੇ ਉੱਥੇ ਰੁੱਖ ਵੀ ਲੱਗੇ ਹੋਏ ਆ ਪਰ ਮੈਂ ਚੰਡੀਗੜ੍ਹ ਦੇ ਲੋਕਾਂ ਦੀਆਂ ਆਪਣੀਆਂ ਸਮੱਸਿਆਵਾਂ ਹੈਗੀਆਂ ਭੀੜ ਉੱਥੇ ਵੱਧ ਰਹੀ ਹੈ ਜਿੰਨੀ ਵਾਦੀ ਲਈ ਸ਼ਹਿਰ ਬਣਾਇਆ ਗਈ ਸੀ ਉਹ ਤੋਂ ਕਈ ਗੁਣਾ ਵੱਧ ਉੱਥੇ ਵਾਦੀ ਰਹਿ ਰਹੀ ਹੈ ਚੰਡੀਗੜ੍ਹ ਦੇ ਵੀ ਵਿਕਾਸ ਦੀ ਲੋੜ ਹੈ ਉਹਨੂੰ ਵੀ ਸਮਾਰਟ ਬਣਾਉਣ ਦੀ ਲੋੜ ਹੈ ਪਰ ਉਸ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਪੰਜਾਬ ਜਾਂ ਹਰਿਆਣੇ ਦਾ ਕੋਈ ਸ਼ਹਿਰ ਲੈ ਕੇ ਉਹਨੂੰ ਸਮਾਰਟ ਬਣਾ ਕੇ ਦਿਖਾਉਣਾ ਚਾਹੀਦਾ ਸੀ ਚੰਡੀਗੜ੍ਹ ਦੇ ਵਿੱਚ ਤਾਂ ਬਹੁਤ ਥੋੜੇ ਯਤਨਾਂ ਨਾਲ ਹੀ ਉਹਨੂੰ ਸਮਾਰਟ ਸ਼ਹਿਰ ਜਿਹੜਾ ਉਹ ਕੇਂਦਰ ਸਰਕਾਰ ਘੋਸ਼ਿਤ ਕਰਕੇ ਇੱਕ ਤਰ੍ਹਾਂ ਨਾਲ ਇਹ ਰਸਮ ਪੂਰੀ ਕਰ ਦੇਗੀ ਕਿ ਇਸ ਸਾਲ 'ਚ ਅਸੀਂ ਜਾਂ ਐਨੇ ਸਮੇਂ 'ਚ ਇੱਕ ਸ਼ਹਿਰ ਨੂੰ ਸਮਾਰਟ ਸ਼ਹਿਰ ਦਾ ਰੂਪ ਦੇ ਦਤਾ ਇਹ ਇੱਕ ਤਰ੍ਹਾਂ ਨਾਲ ਗੁੰਗਲੂਆਂ ਤੋਂ ਮਿੱਟੀ ਝੜਨ ਵਾਲੀ ਗੱਲ ਹੈ ਬਿਹਤਰ ਇਹ ਹੋਵੇਗਾ ਕਿ ਕੇਂਦਰ ਸਰਕਾਰ ਨੇ ਜੇ ਕੋਈ ਸਕੀਮ ਬਣਾਈ ਆ ਉਹ ਸਕੀਮ ਨੂੰ ਪੰਜਾਬ ਜਾਂ ਹਰਿਆਣਾ ਦੇ ਜਿਹੜੇ ਦੋ ਸ਼ਹਿਰਾਂ 'ਚ ਲਾਗੂ ਕਰਕੇ ਦਿਖਾਵੇ ਤੇ ਪੁਰਾਣੇ ਸ਼ਹਿਰਾਂ ਨੂੰ ਜਿੱਥੇ ਬਹੁਤ ਸਾਰੀਆਂ ਸਮੱਸਿਆਵਾਂ ਸੜਕਾਂ ਦੀਆਂ ਸਮੱਸਿਆਵਾਂ ਰੁੱਖ ਬੜੇ ਘੱਟ ਹੈ ਦੇ ਸੀਵਰੇਜ ਪ੍ਰਬੰਧ ਦੀਆਂ ਸਮੱਸਿਆਵਾਂ ਹੋਰ ਜਿਹੜੇ ਬੁਨਿਆਦੀ ਢਾਂਚੇ ਦੀਆਂ ਕਮੀਆਂ ਉਹਨਾਂ ਨੂੰ ਦੂਰ ਕਰਕੇ ਕਿਸੇ ਇੱਕ ਸ਼ਹਿਰ ਨੂੰ ਫੜ ਕੇ ਉਹਨੂੰ ਸਮਾਰਟ ਬਣਾਵੇ ਤਾਂ ਲੋਕ ਮੰਨਣਗੇ ਕਿ ਸਰਕਾਰ ਗੰਭੀਰ ਹੈ ਸਰਕਾਰ ਕੋਲ ਸ਼ਹਿਰਾਂ ਨੂੰ ਸਮਾਰਟ ਸ਼ਹਿਰ ਬਣਾਉਣ ਦਾ ਕੋਈ ਕਨਸੈਪਟ ਜਾਂ ਕੋਈ ਦਿਸ਼ਾ ਹੈਗੀ ਹੈ ਜੀ ਤੋਂ ਗੱਲ ਕਰਦੇ ਹਾਂ ਪੰਜਾਬ ਸਰਕਾਰ ਦੇ ਮਲਾਜਮਾਂ ਨੂੰ ਇੱਕ ਲੰਬੀ ਛੁੱਟੀ ਜਿਹਨੂੰ 5 ਸਾਲ ਦੀ ਛੁੱਟੀ ਕਿਹਾ ਜਾਂਦਾ ਮਿਲਦੀ ਸੀਗੀ ਪਰੰਤੂ ਹੁਣ ਪੰਜਾਬ ਸਰਕਾਰ ਨੇ ਇਸ ਛੁੱਟੀ ਦੇ ਉੱਤੇ ਰੋਕ ਲਗਾ ਦਿੱਤੀ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਬੀਤੇ ਦਿਨੀ ਉਸ ਫਾਈਲ ਤੇ ਦਸਤਖਤ ਕੀਤੇ ਨੇ ਔਰ ਆਮ ਤੌਰ ਤੇ ਐ ਛੁੱਟੀ ਮਲਾਜ਼ਮ ਸਵੈ ਰੋਜਗਾਰ ਲਈ ਜਾਂ ਵਿਦੇਸ਼ਾਂ ਵਿੱਚ ਜਾ ਕੇ ਸੈੱਟ ਹੋਣ ਵਾਸਤੇ ਲਿਆ ਕਰਦੇ ਸੀਗੇ ਮਾਨਸਿਕ ਖਬਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਪ੍ਰੇਮਪ੍ਰ ਸਾਹਿਬ ਮਲਾਜਮਾਂ ਦੇ ਇੱਕ ਪੱਤਰਕਾਰ ਵਜੋਂ ਮੈਂ ਖਿਲਾਫ ਨਹੀਂ ਆਇਆ ਪਰ ਇਹ ਜਿਹੜੀ ਵਿਵਸਥਾ ਸੀਗੀ ਸਵੈ ਰੋਜਗਾਰ ਹਾਸਲ ਕਰਨ ਲਈ ਛੁੱਟੀ ਲੈਣ ਦੀ ਇਹ ਵਿਵਸਥਾ ਦੇਸ਼ ਦੇ ਅੰਦਰ ਸਵੈ ਰੋਜਗਾਰ ਹਾਸਲ ਕਰਨ ਲਈ ਸੀਗੀ ਇਸ ਨੂੰ ਮਲਾਜਮ ਇਹਦੀ ਦੁਰਵਰਤੋਂ ਕਰਦੇ ਆ ਰਹੇ ਆ ਇਥੋਂ 5 ਸਾਲ ਦੀ ਛੁੱਟੀ ਲੈ ਕੇ ਭਾਵੇਂ ਕਿ ਉਹ ਬਿਨਾਂ ਤਰਖਾ ਮਿਲਦੀ ਹੈ ਲੈ ਕੇ ਬਾਹਰ ਜਾ ਕੇ ਆਪਣੀਆਂ ਜਾਇਦਾਦਾਂ ਬਣਾਉਣੀਆਂ ਆਪਣੇ ਜਿਹੜੇ ਉੱਥੇ ਦੀ ਨਾਗਰਿਕਤਾ ਲੈ ਲੈਣੀ ਤੇ ਇੱਥੇ ਜਿਹੜਾ ਕਈ ਜਿਹੜੇ ਸਾਰੇ ਮੁਲਾਜ਼ਮਾਂ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਬਹੁਤ ਸਾਰੇ ਮੁਲਾਜ਼ਮ ਇਮਾਨਦਾਰ ਵੀ ਆ ਪਰ ਬਹੁਤ ਸਾਰੇ ਅਜਿਹੇ ਮੁਲਾਜ਼ਮ ਵੀ ਆ ਵੱਡੀ ਪੱਦਰ ਤੇ ਇਥੋਂ ਕਾਲਾ ਧਨ ਇਕੱਠਾ ਕਰਕੇ ਆਪਣੇ ਧੀਆਂ ਪੁੱਤਾਂ ਦੇ ਨਾਂ ਤੇ ਉੱਥੇ ਉਹਦਾ ਪੂੰਜੀ ਨਿਵੇਸ਼ ਕਰਦੇ ਆ ਜਾਇਦਾਦਾਂ ਬਣਾਉਂਦੇ ਆ ਤੇ ਇਹ ਜਿਹੜੇ ਖਾਸ ਕਰਕੇ ਸਿੱਖਿਆ ਦੇ ਖੇਤਰ ਦੇ ਅੰਦਰ ਇਸ ਵਿਵਸਥਾ ਦਾ ਬੜਾ ਬੁਰਾ ਅਸਰ ਪੈ ਰਿਹਾ ਇੱਥੇ ਜਿਹੜੇ ਸਰਕਾਰੀ ਕਾਲਜ ਆ ਉਹਦੇ ਵਿੱਚ ਪ੍ਰੋਫੈਸਰਾਂ ਦੀ ਘਾਟ ਆ ਸਰਕਾਰੀ ਸਕੂਲਾਂ ਚ ਟੀਚਰਾਂ ਦੀ ਘਾਟ ਆ ਤੇ ਇਹ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਉਹ 5-5 ਸਾਲ ਉੱਥੇ ਛੁੱਟੀ ਲੈ ਕੇ ਬੈਠੇ ਰਹਿੰਦੇ ਆ ਸਰਕਾਰ ਉਹਨਾਂ ਦੀ ਥਾਂ ਤੇ ਨਵੇਂ ਜਿਹੜੇ ਵਿਅਕਤੀ ਆ ਉਹਨਾਂ ਨੂੰ ਭਰਦੇ ਨਹੀਂ ਰੋਜ਼ਗਾਰ ਨਹੀਂ ਦਿੰਦੇ ਨਵੇਂ ਲੋਕਾਂ ਨੂੰ ਤੇ ਉਹ ਉੱਥੇ ਬੈਠੇ ਰਹਿੰਦੇ ਆ ਤੇ ਸਾਡੇ ਜਿਹੜੇ ਵਿਦਿਆਰਥੀ ਆ ਸਕੂਲਾਂ ਦੀ ਪਦਰ ਤੇ ਵੀ ਕਾਲਜਾਂ ਦੀ ਪਦਰ ਤੇ ਵੀ ਉਹ ਜਿਹੜੇ ਆ ਚੰਗੇ ਅਧਿਆਪਕਾਂ ਤੋਂ ਵਾਂਝੇ ਰਹਿੰਦੇ ਆ ਇਹ ਜਿਹੜਾ ਸਰਕਾਰ ਨੇ ਫੈਸਲਾ ਕੀਤਾ ਕਿ ਇਸ ਤਰ੍ਹਾਂ 5 ਸਾਲ ਦੀ ਛੁੱਟੀ ਜਿਹੜੀ ਆ ਉਹ ਨਹੀਂ ਦੇਣੀ ਇਹ ਇੱਕ ਚੰਗਾ ਫੈਸਲਾ ਇਹਨੂੰ ਜਲਦੀ ਤੋਂ ਜਲਦੀ ਲਾਗੂ ਕਰਨਾ ਚਾਹੀਦਾ ਜਿਹੜੇ ਲੋਕ ਵਿਦੇਸ਼ਾਂ ਚ ਜਾ ਕੇ ਏ ਵਸਣਾ ਚਾਹੁੰਦੇ ਆ ਉਹ ਆਪਣੀਆਂ ਨੌਕਰੀਆਂ ਛੱਡਣ ਤੇ ਆਪਣੀ ਜਾ ਕੇ ਉੱਥੇ ਦੀ ਨਾਗਰਿਕਤਾ ਲੈ ਲੈਣ ਤੇ ਉਹ ਜਿਹੜਾ ਉਹ ਬਿਹਤਰ ਗੱਲ ਹੋਏਗੀ ਨਿਸਬਤ ਇਸ ਗੱਲ ਦੀ ਹੋਏਗੀ ਕਿ ਦੋਹਾਂ ਹੱਥਾਂ 'ਚ ਤੁਸੀਂ ਲੱਡੂ ਰੱਖੋ ਇੱਧਰ ਵੀ ਇੱਕ ਜਿਹੜੀ ਨੌਕਰੀ ਹੈ ਆਪਣੇ ਹੱਥ 'ਚ ਰੱਖੋ ਸਰਕਾਰ ਤੁਹਾਡੇ ਤੋਂ ਨਵਾਂ ਵਿਅਕਤੀ ਵੀ ਨਿਯੁਕਤ ਨਾ ਕਰ ਸਕੇ ਤੇ ਦੂਜੇ ਪਾਸੇ ਜਾ ਕੇ ਤੁਸੀਂ ਵਿਕਸਤ ਦੇਸ਼ ਵਿੱਚ ਰਹਿ ਕੇ ਉੱਥੇ ਆਪਣੀ ਜਾਇਦਾਦ ਵੀ ਬਣਾਓ ਉੱਥੇ ਦੀਆਂ ਸਾਰੀਆਂ ਸਹੂਲਤਾਂ ਵੀ ਮਾਣੋ ਇਹ ਆਪਣੇ ਲੋਕ ਆ ਜਿਹੜੇ ਸਾਡੇ ਲੋਕ ਆ ਜਿਹੜੇ ਇੱਥੇ ਦੇ ਲੋਕ ਆ ਉਹਨਾਂ ਨਾਲ ਇੱਕ ਕਿਸਮ ਦਾ ਇਹ ਤੋਖਾ ਹੈ ਉਹਨਾਂ ਨਾਲ ਜ਼ਿਆਤੀ ਹੈ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਇੱਕ ਹੋਰ ਬਿਆਨ ਸੁਰਖੀਆਂ ਦੇ ਵਿੱਚ ਹੈਗਾ ਉਹਨਾਂ ਨੇ ਇਹ ਕਿਹਾ ਕਿ ਹੁਣ ਪੰਜਾਬ ਵਿੱਚ ਚਿੱਟੀ ਕ੍ਰਾਂਤੀ ਤੇ ਨੀਲੀ ਕ੍ਰਾਂਤੀ ਵਿੱਚ ਵੀ ਮੋਰੀ ਸੂਬਾ ਬਣੇਗਾ ਚਿੱਟੀ ਕ੍ਰਾਂਤੀ ਜਾਨੀ ਕਿ ਦੁੱਧ ਉਤਪਾਦਨ ਨੀਲੀ ਕ੍ਰਾਂਤੀ ਜਾਨੀ ਕਿ ਮੱਛੀ ਪਾਲਣ ਦੇ ਖੇਤਰ ਦੇ ਵਿੱਚ ਪਰ ਇਸ ਵੀ ਇਹ ਦਿੱਤੇ ਬੁਨਿਆਦੀ ਤੌਰ ਤੇ ਕੰਮ ਜਿਹੜਾ ਕੁਝ ਉਦਮੀਆਂ ਨੇ ਸ਼ੁਰੂ ਕਰ ਦਿੱਤਾ ਇਹ ਬਹੁਤ ਸਾਰੇ ਜਿਹੜਾ ਡੈਰੀ ਫਾਰਮ ਪੰਜਾਬ ਚ ਚੱਲ ਰਿਹਾ ਜਿਹੜੇ ਲੋਕਾਂ ਨੇ ਆਪ ਤਜਰਬੇ ਕਰਕੇ ਚੰਗੀ ਨਸਲ ਦੀਆਂ ਗਾਵਾਂ ਮੱਝਾਂ ਰੱਖੀਆਂ ਤੇ ਉਹਨਾਂ ਨੂੰ ਪਾਲ ਕੇ ਉਹਨਾਂ ਦਾ ਦੁੱਧ ਵੇਚਣ ਦਾ ਉਹ ਕੰਮ ਕਰ ਰਿਹਾ ਇਹਦੇ ਰਾਹ ਚ ਬਹੁਤ ਸਾਰੀਆਂ ਸਮੱਸਿਆਵਾਂ ਹੈਗੀਆਂ ਉਹਨਾਂ ਲੋਕਾਂ ਨੂੰ ਦਰਪੇਸ਼ ਆ ਰਹੀਆਂ ਉਹਨਾਂ ਨੂੰ ਦੂਰ ਕਰਨ ਲਈ ਸਰਕਾਰ ਨੂੰ ਬਣਦਾ ਇਸੇ ਯੋਗ ਦੇਣਾ ਚਾਹੀਦਾ ਹੈ ਇਸੇ ਤਰ੍ਹਾਂ ਬਹੁਤ ਸਾਰੇ ਮੱਛੀ ਫਾਰਮ ਵੀ ਪੰਜਾਬ ਚ ਬਣਿਆ ਲੋਕ ਆਪਣੇ ਤੌਰ ਤੇ ਯਤਨ ਕਰਕੇ ਮੱਛੀਆਂ ਪਾਲ ਰਹੇ ਆ ਉਹਨਾਂ ਦਾ ਮੰਡੀਕਰਨ ਵੀ ਕਰ ਰਹੇ ਆ ਪੰਜਾਬ ਨੂੰ ਇਸ ਵੇਲੇ ਖੇਤੀਬਾੜੀ ਦੀ ਲੋਡ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਕਣਕ ਝੋਨੇ ਦਾ ਫਸਲੀ ਚੱਕਰ ਅਪਣਾਇਆ ਹੋਇਆ ਉਹਦੇ ਨਾਲ ਸਾਡੇ ਧਰਤੀ ਹੇਠਲੇ ਪਾਣੀ ਦੀ ਪੱਧਰ ਵੀ ਬੜੀ ਹੇਠਾਂ ਗਈ ਹੈ ਤੇ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਜਿਹੜੀ ਆ ਉਹ ਬੜੀ ਤੇਜ਼ੀ ਨਾਲ ਘਟੀ ਹੈ ਕਿਉਂਕਿ ਦੋਹੇ ਫਸਲਾਂ ਅਸੀਂ ਜ਼ਿਆਦਾ ਬੀਜ ਦੇ ਰਹੇ ਆ ਖੇਤੀ ਜੇ ਵਿਪੰਤਾ ਲਿਆਣ ਲਈ ਇਹ ਜਿਹਾ ਕਰਨਾ ਬੜਾ ਜ਼ਰੂਰੀ ਹੈਗਾ ਤੇ ਇਹਦੇ ਨਾਲ ਸਾਡਾ ਵਾਤਾਵਰਨ ਵੀ ਹੈ ਜਿਹੜਾ ਉਹ ਵੀ ਜਿਹੜਾ ਸਾਫ ਸੁਥਰਾ ਰਹੇਗਾ ਕਿਉਂਕਿ ਸਾਲ ਚ ਦੋ ਵਾਰੀ ਅਸੀਂ ਉਹ ਕਣਕ ਦਾ ਜਿਹੜੀ ਨਾੜ ਆ ਉਹਨੂੰ ਸੜ ਕੇ ਜਿਹੜਾ ਦਰਖਤ ਵੀ ਆਲੇ ਦੁਆਲੇ ਦੇ ਸੜਦਨੇ ਤੇ ਧੂਏ ਨਾਲ ਪੰਜਾਬ ਦਾ ਜਿਹੜਾ ਵਾਤਾਵਰਨ ਹੈ ਭਰ ਜਾਂਦਾ ਇਸੇ ਤਰ੍ਹਾਂ ਝੋਨੇ ਦੀ ਵਾਰ ਨੂੰ ਵੀ ਹੁੰਦਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਖੇਤਾਂ ਚ ਅਸੀਂ ਸਾਰਾ ਵਾਤਾਵਰਨ ਧੂਏ ਨਾਲ ਭਰ ਦਨੇ ਆ ਹੁਣ ਤਾਂ ਇਸ ਤਰ੍ਹਾਂ ਦੀ ਸਥਿਤੀ ਬਣ ਗਈ ਹੈ ਕਿ ਘੱਟ ਹੀ ਮਹੀਨੇ ਇਸ ਤਰ੍ਹਾਂ ਦੇ ਹੁੰਦੇ ਆ ਪੰਜਾਬ 'ਚ ਜਦੋਂ ਤੁਹਾਨੂੰ ਧੁੱਪਾਂ ਸਾਫ਼ ਨਜ਼ਰ ਆਨੀਆਂ ਆਲੇ ਦੁਆਲੇ ਦਾ ਵਾਤਾਵਰਣ ਸਾਫ਼ ਨਜ਼ਰਾਂ ਦਾ ਨਹੀਂ ਤਾਂ ਹਰ ਵੇਲੇ ਜਿਹੜੀ ਉਹ ਇੱਕ ਤਰ੍ਹਾਂ ਦਾ ਕਸਮਹਿਲਾ ਜਿਹਾ ਵਾਤਾਵਰਣ ਬਣਿਆ ਹੋਇਆ ਰੰਗ ਦਾ ਧੁੰਦ ਜਿਹੀ ਛਾਈ ਰਹਿੰਦੀ ਹੈ ਤੇ ਇਸ ਸਾਰੇ ਸਿਲਸਿਲੇ ਨੂੰ ਬਦਲਣ ਲਈ ਰੋਕਣ ਲਈ ਖੇਤੀ 'ਚ ਜਿਹੜੀ ਬੰਦਾ ਲਿਆਣੀ ਚਾਹੀਦੀ ਆ ਇਹਦੇ ਨਾਲ ਨਾਲ ਜਿਹੜੀ ਸਨਤ ਵੱਲੋਂ ਵੀ ਜਿਹੜਾ ਪ੍ਰਦੂਸ਼ਣ ਪੈਦਾ ਕੀਤਾ ਜਾਂਦਾ ਚਾਹੇ ਉਹ ਪਾਣੀ ਦਾ ਚਾਹੇ ਹਵਾ ਦਾ ਉਹਨੂੰ ਵੀ ਰੋਕਣਾ ਚਾਹੀਦਾ ਔਰ ਇਸ ਮਕਸਦ ਲਈ ਜੇ ਨੀਲੀ ਕ੍ਰਾਂਤੀ ਜਾਂ ਚਿੱਟੀ ਕ੍ਰਾਂਤੀ ਉਹ ਜਿਹੜੀ ਆ ਕੋਈ ਸਾਰਥਕ ਯੋਗਦਾਨ ਪਾ ਸਕਦੀ ਆ ਤਾਂ ਸਰਕਾਰ ਨੂੰ ਇਹ ਇਹਨਾਂ ਦੋਹਾਂ ਕ੍ਰਾਂਤੀਆਂ ਨੂੰ ਅੱਗੇ ਵਧਾਣ ਲਈ ਯਤਨ ਕਰਨੇ ਚਾਹੀਦੇ ਆ ਕਿਸਾਨਾਂ ਨੂੰ ਜਾਗਰਤ ਕਰਨਾ ਚਾਹੀਦਾ ਸਿੱਖਿਆ ਦੇਣੀ ਚਾਹੀਦੀ ਹੈ ਤੇ ਇਹ ਜਿਹੜੀਆਂ ਚਾਹੇ ਮੱਛੀ ਪਾਲਣ ਦਾ ਧੰਦਾ ਚਾਹੇ ਦੁੱਧ ਜੇ ਪੈਦਾ ਕਰਨ ਦਾ ਧੰਦਾ ਇਹ ਇਹਦੇ ਮੰਡੀਕਰਨ ਚ ਵੀ ਸਰਕਾਰ ਨੂੰ ਬਤ ਬਤ ਸਹਾਇਤਾ ਦੇਣੀ ਚਾਹੀਦੀ ਜੀ ਤੋਂ ਚਲਦੇ ਚਲਦੇ ਅਸੀਂ ਗੱਲ ਕਰਾਂਗੇ ਅਮਰੀਕਾ ਦੇ ਵਿਦੇਸ਼ ਮੰਤਰੀ ਜੌਨ ਕੇਰੀ ਜਿਹੜੇ ਕਿ ਭਾਰਤ ਆਏ ਹੋਏ ਸੀਗੇ ਅਚਨਚੇਤ ਉਹਨਾਂ ਨੇ ਪਾਕਿਸਤਾਨ ਦਾ ਦੌਰਾ ਵੀ ਕੀਤਾ ਔਰ ਉੱਥੇ ਉਹਨਾਂ ਨੇ ਜਿਹੜੀ ਖਾਸ ਗੱਲ ਬਣਕਦੀ ਕਹੀ ਉਹਨਾਂ ਨੇ ਕਿਹਾ ਕਿ ਅਤਵਾਦ ਕਈ ਤਰ੍ਹਾਂ ਦਾ ਹੈਗਾ ਔਰ ਪਾਕਿਸਤਾਨ ਨੂੰ ਹਰ ਤਰ੍ਹਾਂ ਦੇ ਅਤਵਾਦ ਦੇ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਮੈਂ ਸਮਝਦਾ ਕਿਸੇ ਅਮਰੀਕਾ ਦੇ ਇਸ ਪੱਧਰ ਦੇ ਇਸ ਰੁਤਬੇ ਦੇ ਵਿਅਕਤੀ ਦੁਆਰਾ ਇਹ ਗੱਲ ਕਹਿਣੀ ਬੜੀ ਮਹੱਤਵਪੂਰਨ ਪ੍ਰਧਾਨ ਜੀ ਅਮਰੀਕਾ ਹੁਣ ਅਫਗਾਨਿਸਤਾਨ ਤੋਂ ਜਾ ਰਿਹਾ ਜੀ ਤੇ ਨਾਟੋਰੀਆਂ ਫੌਜਾਂ ਨੇ ਉੱਥੇ ਲੜਨਾ ਛੱਡ ਦਿੱਤਾ ਸਿਰਫ ਕੁਝ ਰੱਖਿਆਤਮਿਕ ਕੰਮ ਜਿਹੜੇ ਆ ਉਹਨਾਂ ਦੇ ਲਈ ਕੋਈ 12000 ਦੇ ਲਗਭਗ ਜਿਹੜੀ ਫੌਜੀ ਨਫਰੀ ਉੱਥੇ ਰਹੇਗੀ ਤੇ ਉੱਥੇ ਅਫਗਾਨਿਸਤਾਨ ਦੀ ਰੱਖਿਆ ਦੀ ਜ਼ਿੰਮੇਵਾਰੀ ਅਫਗਾਨਿਸਤਾਨ ਦੀ ਫੌਜ ਨੂੰ ਉਹਨਾਂ ਨੇ ਸੌਂਪ ਦਿੱਤੀ ਹੈ ਅਮਰੀਕਾ ਦੇ ਇਸ ਖਿੱਤੇ ਵਿੱਚ ਹਿੱਤ ਹਜੇ ਵੀ ਬਣੇ ਹੋਏ ਆ ਜਿਹਦੇ ਕਰਕੇ ਅਮਰੀਕਾ ਇਹ ਚਾਹੁੰਦਾ ਕਿ ਇਸ ਖਿੱਤੇ ਵਿੱਚੋਂ ਚਾਹੇ ਉਹ ਅਫਗਾਨਿਸਤਾਨ ਦਾ ਖਿੱਤਾ ਚਾਹੇ ਪਾਕਿਸਤਾਨ ਦਾ ਖਿੱਤਾ ਚਾਹੇ ਭਾਰਤ ਦਾ ਖਿੱਤਾ ਇਸ ਖਿੱਤੇ ਵਿੱਚੋਂ ਅਤਵਾਦ ਸਮਾਪਤ ਹੋਵੇ ਤੇ ਇਸ ਮਕਸਦ ਲਈ ਹੀ ਜੌਨ ਕੇਰੀ ਨੇ ਜਿਹੜਾ ਉੱਥੇ ਦਾ ਪਾਕਿਸਤਾਨ ਦਾ ਦੌਰਾ ਕੀਤਾ ਉਪਰਦੇ ਦੌਰੇ ਤੇ ਆਏ ਸੀ ਉਹਨਾਂ ਨੇ ਗੁਜਰਾਤ ਵਾਈਬਰੈਂਟ ਸਮੇਲਨ ਚ ਵੀ ਹਿੱਸਾ ਲਿਆ ਸੀ ਭਰਦੇ ਪ੍ਰਧਾਨ ਮੰਤਰੀ ਨੂੰ ਵੀ ਮਿਲੇ ਸੀ ਹੁਣ ਉਹਨਾਂ ਨੇ ਅਚਾਨਕ ਹੀ ਪਾਕਿਸਤਾਨ ਦਾ ਦੌਰਾ ਕੀਤਾ ਜਿਹੜੀ ਗੱਲ ਉਹਨਾਂ ਨੇ ਕਹੀ ਆ ਉੱਥੇ ਜਾ ਕੇ ਬੜੀ ਮਹੱਤਵਪੂਰਨ ਹੈ ਜਿਸ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਲਖਸ਼ਕਰੇ ਤਾਇਬਾ ਤੇ ਹੋਰ ਅਤਵਾਦੀ ਜਿਹੜੇ ਗਰੁੱਪ ਆ ਉਹ ਪਾਕਿਸਤਾਨ ਲਈ ਵੀ ਖਤਰਨਾਕ ਆ ਅਫਗਾਨਿਸਤਾਨ ਲਈ ਵੀ ਖਤਰਨਾਕ ਆ ਹਿੰਦੁਸਤਾਨ ਲਈ ਵੀ ਖਤਰਨਾਕ ਆ ਤੇ ਜਿਹੜੇ ਅਮਰੀਕਾ ਲਈ ਵੀ ਜਿਹੜੇ ਆ ਉਹ ਖਤਰਨਾਕ ਆ ਇਸ ਲਈ ਪਾਕਿਸਤਾਨ ਨੂੰ ਹਰ ਤਰ੍ਹਾਂ ਦੇ ਜਿਹੜੇ ਅਤਵਾਦੀ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਆ ਖਾਸ ਕਰਕੇ ਉਹਨਾਂ ਨੇ ਲਸ਼ਕਰੇ ਤਾਇਬਾ ਦੇ ਖਿਲਾਫ ਕਾਰਵਾਈ ਕਰਨ ਤੇ ਜ਼ੋਰ ਦਿੱਤਾ ਜੇਨੂ ਕਿ ਪਾਕਿਸਤਾਨ ਦੀ ਸਰਕਾਰ ਦਾ ਅਜੇ ਵੀ ਸਮਰਥਨ ਪ੍ਰਾਪਤ ਹੈ ਜਮਾਤਉਲ ਦਾਵਾ ਤੇ ਲਸ਼ਕਰੇ ਤਾਇਬਾ ਇੱਕੋ ਹੀ ਸਿੱਕੇ ਦੇ ਦੋ ਪਾਸੇ ਆ ਉਥੇ ਜਿਹੜੇ ਕੁਝ ਜਿਹੜਾ ਸਮਾਜ ਭਲਾਈ ਦੇ ਕੰਮ ਕਰਨ ਲਈ ਜਿਹੜਾ ਹਫਜ਼ ਸਈਦ ਜਮਾਤਉਲ ਦਾਵਾ ਦਾ ਨਾਮ ਵਰਤਦੇ ਆ ਤੇ ਭਾਰਤ ਦੇ ਵਿੱਚ ਹਥਿਆਰਬੰਦ ਜਿਹੜੀ ਇਹ ਦਖਲਅੰਦਾਜ਼ੀ ਕਰਨ ਲਈ ਇੱਥੇ ਅਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਉਹ ਜਿਹੜਾ ਲਸ਼ਕਰੇ ਤਾਇਬਾ ਦਾ ਫਰੰਟ ਜਿਹੜਾ ਉਹਨੂੰ ਵਰਤਦੇ ਆ ਦੋਵੇਂ ਜਥੇਬੰਦੀਆਂ ਇੱਕੋ ਹੀ ਹੈਗੀਆਂ ਸੋ ਇਸ ਦਿਸ਼ਾ 'ਚ ਅਮਰੀਕਾ ਦੇ ਵਿਦੇਸ਼ ਮੰਤਰੀ ਵੱਲੋਂ ਜਿਹੜਾ ਲਸ਼ਕਰੇ ਤਾਇਬਾ ਦਾ ਨਾਮ ਲੈ ਕੇ ਉਹਦੇ ਖਿਲਾਫ ਕਾਰਵਾਈ ਦੀ ਮੰਗ ਕਰਨਾ ਭਾਰਤ ਲਈ ਬੜਾ ਮਹੱਤਵਪੂਰਨ ਹੈ ਔਰ ਪਾਕਿਸਤਾਨ ਤੇ ਲਾਜ਼ਮੀ ਤੌਰ ਤੇ ਇਹਨਾਂ ਦਬਾਅ ਪੈਂਦਾ ਔਰ ਪਾਕਿਸਤਾਨ ਨੇ ਇਸ ਮੁੱਦੇ ਤੋਂ ਧਿਆਨ ਲਾਂਭੇ ਕਰਨ ਲਈ ਉੱਥੇ ਦੇ ਜਿਹੜੇ ਰੱਖਿਆ ਮੰਤਰੀ ਆ ਜਿਹੜੇ ਆਸਫ ਰਜ਼ਾ ਉਹਨਾਂ ਨੇ ਕਿਹਾ ਕਿ ਭਾਰਤ ਜਿਹੜਾ ਅਫਗਾਨਿਸਤਾਨ ਚੋਂ ਜਿਹੜੇ ਆ ਤਾਲਮਾਨ ਪਾਕਿਸਤਾਨ ਤੇ ਹਮਲੇ ਕਰਦੇ ਆ ਉਹਨਾਂ ਦੀ ਭਾਰਤ ਮਦਦ ਕਰ ਰਿਹਾ ਜਾਂ ਬਲੋਚਿਸਤਾਨ ਚ ਜਿਹੜੇ ਬਗੀ ਪਾਕਿਸਤਾਨ ਦੇ ਖਿਲਾਫ ਲੜਦੇ ਆ ਉਹਨਾਂ ਦੀ ਭਾਰਤ ਮਦਦ ਕਰ ਰਿਹਾ ਉਹ ਇੱਕ ਤਰ੍ਹਾਂ ਦੀ ਜਿਹੜੀ ਆ ਦੁਸ਼ਣਵਾਦੀ ਲਾ ਕੇ ਮਸਲੇ ਨੂੰ ਗੁੰਝਲਦਾਰ ਜਾਂ ਧੁੰਦਲਾ ਬਣਾਉਣ ਦਾ ਯਤਨ ਕੀਤਾ ਗਿਆ ਸਪਸ਼ਟ ਗੱਲ ਇਹ ਹੀ ਆ ਕਿ ਪਾਕਿਸਤਾਨ ਨੇ ਜੇ ਆਪਣੇ ਦੇਸ਼ ਅੰਦਰ ਸ਼ਾਂਤੀ ਰੱਖਣੀ ਹੈ ਜੇ ਉਹਨੇ ਗਵੰਢੀ ਦੇਸ਼ਾਂ ਨਾਲ ਸ਼ਾਂਤੀ ਨਾਲ ਰਹਿਣਾ ਤਾਂ ਉਸ ਨੂੰ ਪਾਕਿਸਤਾਨ ਦੀ ਧਰਤੀ ਤੇ ਸਰਗਰਮ ਸਾਰੇ ਤਰ੍ਹਾਂ ਦੇ ਅਤਵਾਦੀਆਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਜੀ ਤੋਂ ਅਸੀਂ ਖਬਰਾਂ ਦੇ ਹਾਰਪਰ ਦੀ ਇਸ ਕੜੀ ਨੂੰ ਇੱਥੇ ਹੀ ਸਮੇਟਦੇ ਹਾਂ ਅਗਲੇ ਹਫਤੇ ਨਵੀਂ ਤੇ ਤਾਜ਼ਾ ਕੜੀ ਲੈ ਕੇ ਮੁੜ ਤੁਹਾਡੇ ਰੂਬਰੂ ਹੋਵਾਂਗੇ ਮਾਨਕ ਜੀ ਤੁਹਾਡਾ ਧੰਨਵਾਦ ਸ਼ੁਕਰੀਆ ਜੀ